ਕੋਈ ਵੀ ਪਿੰਡ ਦੇ ਵਿੱਚ ਕੋਈ ਪੋਸਟਰ ਸਿੱਟਦਾ ਫੜ ਲਿਆ ਚਾਹੇ ਬੁੜੀ ਆ ਚਾਹੇ ਕੁੜੀ ਆ ਚਾਹੇ ਕੋਈ ਬੰਦਾ ਮੂੰਹ ਕਾਲਾ ਕਰੇ ਉਹ ਸਿੱਧੀ ਜੀ ਗੱਲ ਐ ਪੋਸਟਰ ਉੱਤੇ ਮੈਂ ਬੇਨਤੀ ਕਰਨੀ ਚਾਹੁੰਦਾ ਤੁਸੀਂ ਕਹਿੰਦੇ ਨਾ ਅਸੀਂ ਜ਼ਬਰਦਸਤੀ ਤਾਂ ਕੁਝ ਕਰਦੇ ਹੀ ਨਹੀਂ ਆ ਪਤਾ ਤੁਹਾਨੂੰ ਕਿੰਨੀਆਂ ਪੋਸਟਾਂ ਆਈਆਂ ਨੇ ਕਿੰਨੀਆਂ ਪੋਸਟਾਂ ਪਹਿਲਾਂ ਪਈਆਂ ਸੀ ਕੀ ਕੁਝ ਤੁਸੀਂ ਪਿੰਡਾਂ 'ਚ ਜਾ ਕੇ ਕਰਦੇ ਹੋ ਲੋਕਾਂ ਦੇ ਘਰਾਂ ਦੇ ਵਿੱਚ ਚੋਰੀ ਤੁਸੀਂ ਪੋਸਟਰ ਸਿੱਟਦੇ ਹੋ ਸਿੱਟਦੇ ਹੋ ਨਾ ਉਹ ਤਾਂ ਲੱਖ ਦੀ ਲਾਂਹ ਤਾਂ ਉਹਨਾਂ ਲੋਕਾਂ ਨੇ ਜਿਹੜੇ ਸਿੱਖਾਂ ਦੇ ਘਰਾਂ ਦੇ ਵਿੱਚ ਜੰਮ ਕੇ ਸਿੱਖਾਂ ਦੇ ਘਰਾਂ ਦੇ ਵਿੱਚ ਜੰਮ ਕੇ ਉਹ ਇਧਰਲੇ ਪਾਸੋਂ ਇਹਦਾ ਕਲੰਕ ਨੇ ਕਲੰਕ ਆ ਹੁਣ ਤੁਸੀਂ ਆ ਵੀ ਕਹੀ ਜਾਂਦੇ ਹੋ ਕਿ ਜਿਸੂ ਤਾਂ ਫਿਰ ਅੱਠਵੀਂ ਖੜਾ ਸੀ ਉਹ ਤੋਂ ਬਾਅਦ ਚ ਇਹ ਵੀ ਗਲਤ ਗੱਲ ਕਰ ਰਹੇ ਹੋ ਇਹ ਵੀ ਤੁਸੀਂ ਜਿਸੂ ਦਾ ਨਿਰਾਦਰ ਕਰ ਰਹੇ ਹੋ ਵੀ ਜੇ ਜਿਸੂ ਉਹ ਤੋਂ ਬਾਅਦ ਚ ਉੱਠ ਕੇ ਜਿਉਂਦਾ ਹੋਵੇ ਲੋਕਾਂ ਦੇ ਵਿੱਚ ਆਇਆ ਤੇ ਫਿਰ ਅੱਜ ਕਿਉਂ ਨਹੀਂ ਜਿਸੂ ਆਇਆ ਅੱਜ ਸਾਨੂੰ ਧਰਨੇ ਕਾ ਤੋਂ ਲਾਉਣੇ ਪੈਗੇ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ ਸੰਗਤ ਜੀ ਦਾਸ ਖਾਲਸਾ ਮੱਲੇ ਵਾਲਾ ਸੋ ਆਪਾਂ ਨੂੰ ਸਾਰਿਆਂ ਨੂੰ ਪਤਾ ਹੀ ਹੈ ਕਿ ਕੁਝ ਦਿਨ ਹੋ ਗਏ ਆ ਜਿਹੜਾ ਜੀਸੂ ਜੀ ਬਾਰੇ ਇੱਕ ਬਹੁਤ ਵੱਡਾ ਜਿਹੜਾ ਮੁੱਦਾ ਬਣਿਆ ਹੋਇਆ ਕਿ ਭਾਈ ਅਮਰਤਪਾਲ ਸਿੰਘ ਖਾਲਸਾ ਜੀ ਵੱਲੋਂ ਜਿਹੜੀ ਟਿੱਪਣੀ ਕੀਤੀ ਗਈ ਆ ਤੇ ਉਹਨੂੰ ਨਾ ਸਮਝਦੇ ਹੋਏ ਜਿਹੜਾ 크ਰਿਸਚੀਅਨ ਭਾਈਚਾਰੇ ਨੇ ਜਾਂ ਜਲੰਧਰ ਦੇ ਰੋਡ ਜਾਮ ਕਰੇ ਨੇ ਜਾਂ ਬੜਾ ਕੁਝ ਜਿਹੜਾ ਕੀਤਾ ਹੋਇਆ ਚਲੋ ਉਹਨਾਂ ਨੂੰ ਲੱਗਿਆ ਉਹ ਇਸ ਗੱਲ ਨੂੰ ਨਹੀਂ ਸਮਝੇ ਤਾਂ ਉਹਨਾਂ ਦਾ ਹੱਕ ਆ ਕਰ ਲੈਣਾ ਚਾਹੀਦਾ ਤੇ ਅੱਜ ਭਾਈ ਸਾਹਿਬ ਉਹਨਾਂ ਦਾ ਇੱਕ ਜਿਹੜਾ ਬਿਆਨ ਆਇਆ ਸਪਸ਼ਟੀ ਕਰਨ ਆਇਆ ਕਿ ਭਾਈ ਜੇ ਉਹਨਾਂ ਨੂੰ ਲੱਗਿਆ ਇਹ ਗੱਲ ਲਈ ਤਾਂ ਪ੍ਰਸ਼ਾਸਨ ਜਿਹੜਾ ਉਹਨਾਂ ਤੇ ਬਣਦੀ ਕਾਰਵਾਈ ਕਰੇ ਜਿਹੜਾ ਬਣਦਾ ਕੇਸ ਆ ਉਹਨਾਂ ਤੇ ਕੀਤਾ ਜਾਵੇ ਦੇਖੋ ਸਿਆਣੀ ਗੱਲ ਆ ਇਹ ਵਧੀਆ ਗੱਲ ਆ ਤੇ ਨਾਲ ਹੀ ਉਹਨਾਂ ਨੇ ਇਹ ਵੀ ਕਿਹਾ ਵੀ ਰੋਡ ਰੋਕੇ ਨਾ ਜਾਣ ਰੋਡ ਰੋਕੇ ਨਾ ਜਾਣ ਲੋਕਾਂ ਨੂੰ ਪਰੇਸ਼ਾਨ ਨਾ ਕੀਤਾ ਜਾਵੇ ਚਲੋ ਹੋ ਗਈ ਜੀ ਗੱਲ ਇਹ ਉਹ ਕੇਸ ਕਰਦਣ ਚੱਲ ਜੂ ਤੇ ਦਾਸ ਇੱਕ ਹੋਰ ਬੇਨਤੀ ਕਰਨੀ ਚਾਹੁੰਦਾ ਹੈ ਉਹਨਾਂ ਕ੍ਰਿਸ਼ਚਨਾਂ ਨੂੰ ਕੀ ਅੱਗੇ ਕਿੰਨੀਆਂ ਵੀਡੀਓ ਸੋਸ਼ਲ ਮੀਡੀਆ ਤੇ ਅੱਗੇ ਵੀ ਆਈਆਂ ਕਿ ਤੁਸੀਂ ਜਿਹੜੀਆਂ ਸਾਨੂੰ ਤੁਸੀਂ ਕਹਿੰਦੇ ਨਾ ਕੱਟ ਗਿਆਨਵਾਦੀ ਉਹ ਵਿੱਚ ਪਤਾ ਨਹੀਂ ਆਪਦੇ ਆਪ ਨੂੰ ਕੀ ਸਮਝਦੇ ਨੇ ਕੋਈ ਕੋਸ ਦੱਸਦਾ ਕੋਈ ਕੋਸ ਦੱਸਦਾ ਸਾਡੀਆਂ ਸਿੱਖ ਕੌਮ ਦੀਆਂ ਕੌਸਕ ਕਮੀਆਂ ਇਹ ਰਹਿ ਗਈਆਂ ਕਿ ਅਸੀਂ ਐਵੇਂ ਹੀ ਸਿਰਾਂ ਤੇ ਝਾੜ ਲਿਆ ਤੁਹਾਨੂੰ ਤੁਹਾਨੂੰ ਸੱਚ ਦੱਸ ਦਿੰਨੇ ਆ ਜਾਂ ਸਾਡੇ ਕੜਮ ਚੌਧਰੀ ਕੋਸਕ ਅਸੀਂ 100% ਚੋਂ ਮੈਨੂੰ ਲੱਗਦਾ 5-7% ਹੀ ਉਹ ਆ ਜਿਹੜੇ ਲੋਕ ਥੋੜਾ ਜਿਹਾ ਬਖੰਡਵਾਦ ਨਾਲ ਸਿੱਖ ਕੌਮ ਦੇ ਵਿੱਚ ਵੜ ਕੇ ਜੁੜੇ ਹੋਇਆ। ਅਜਾਗੀ ਨਾ ਗੱਲ ਉੱਥੇ ਹੀ ਮੁਰੇ। ਬਈ ਇਹ ਆਪਾਂ ਨੂੰ ਵੀ ਸੋਚਣਾ ਪੈਣਾ, ਇਹ ਗੱਲ ਤੇ ਪਾਓ ਮਿੱਟੀ। ਬਣਦਾ ਕੇਸ ਆ ਜਿਹੜਾ ਭਾਈ ਸਾਹਿਬ ਤੇ ਹੋਵੇ ਤੇ ਸਿੰਘ ਨਹੀਂ ਡਰਦੇ ਜੇਲਾ ਜੁਰਾ ਸਾਡੀਆਂ ਤਾਂ ਉਮਰਾਂ ਨਿਕਲ ਗਈਆ। ਬੰਦੀ ਸਿੰਘਾਂ ਦੀ ਰਿਹਾਈ ਦੀ ਖਾਤਰ ਅਸੀਂ ਤਾਂ 40-40 ਸਾਲ ਗੁਰੂ ਘਰਾਂ ਦੇ ਵਿੱਚ ਪੋਸਟਰ ਲੱਗੇ ਹੋਏ ਨੇ। 40-40 ਸਾਲ ਸਿੰਘਾਂ ਨੂੰ ਜੇਲ੍ਹਾਂ 'ਚ ਬੈਠਿਆਂ ਨੂੰ ਹੋ ਗਏ ਤਾਂ ਕੋਈ ਵੱਡੀ ਗੱਲ ਨਹੀਂ ਇਹ ਸਾਡੇ ਲਈ ਠੀਕ ਆ। ਰਹੀ ਗੱਲ ਮੈਂ ਸਾਰੇ ਪਿੰਡ ਵਾਸੀਆਂ ਨੂੰ ਕਹਿਣਾ ਚਾਹੁੰਦਾ ਕੱਲੇ ਕੱਲੇ ਪਿੰਡ ਐਵੇਂ ਨਾ ਕਹਿਦਿਆ ਕਰੋ ਤੇ ਭਾਈਚਾਰੇ 'ਚ ਫਰਕ ਪੈਂਦਾ ਫਲਾਨੇ ਢੰਮਕੇ 'ਚ ਫਰਕ ਪੈਂਦਾ ਉਹ ਜੇ ਸਾਡੀ ਕੋਈ ਪਿਓ ਦੀ ਪੱਗ ਨੂੰ ਹੀ ਆਜੂਗਾ ਢਾਉਣ ਆਜੂਗਾ ਤੇ ਫਿਰ ਭਾਈਚਾਰੇ ਨੂੰ ਆਪਾਂ ਚੱਟਣਾ ਯਾਰ ਕਿੱਡੀ ਗੱਲ ਕੀ ਕਰਨੀ ਆ ਕੋਈ ਸਿੱਖ ਕੌਮ ਦੇ ਵਿੱਚ ਕਲੰਕ ਨਹੀਂ ਉਹ ਤੇ ਮੈਂ ਅੱਜ ਬੜੀ ਵੱਡੀ ਵੀਡੀਓ ਨਹੀਂ ਪਾਉਣੀ ਆ ਬੇਨਤੀ ਆ ਵੀ ਜਿਹੜਾ ਵੀ ਜਿੱਥੇ ਵੀ ਕਿਤੇ ਟੱਕਰ ਗਿਆ ਇਹੋ ਜਿਹਾ ਬੰਦਾ ਉਹਦੀ ਜੂਤ ਪਦਾਨ ਦਾ ਕਰ ਨਹੀਂ ਕਰਨੀਆਂ ਨਾਲ ਹੀ ਭਾਈ ਉਹਦੇ ਮੂੰਹ ਕਾਲਾ ਕਰਿਓ ਨਾਲ ਇਹਨਾਂ ਨੂੰ ਪਤਾ ਲੱਗ ਜੂਗਾ ਵੀ ਸਾਡੇ ਬੰਦੇ ਨੇ ਆਹ ਕੁਛ ਕੀਤਾ ਆਹ ਕੁਛ ਨਜਾਇਜ਼ ਕਰਦੇ ਆ ਤੇ ਨਹੀਂ ਤਾਂ ਭਾਈ ਭਾਈ ਸਾਹਿਬ ਨੇ ਸਾਫ਼ ਗੱਲ ਕਹਿਤੀ ਆ ਕਿ ਬੰਦਾ ਜਿਹੜਾ ਕੇਸ ਆ ਉਹ ਕੇਸ ਪਾਇਆ ਜਾਵੇ ਤੇ ਰਾਹ ਨਾ ਰੋਕੇ ਜਾਣਾ ਐਵੇਂ ਜਿਹੜੇ ਤੁਸੀਂ ਨਾ ਹੁਣ ਗਾਂ ਜੇ ਨੂੰ ਵਾਧਦੇ ਹੋ ਗੁਰੂਆਂ ਪ੍ਰਤੀ ਜਾ ਕੋਸੂਰ ਪ੍ਰਤੀ ਤੇ ਪਤਾ ਸੋਨੂ ਵੀ ਆ ਸਾਰਾ ਕੁਛ ਇਹ ਵੀ ਤੁਹਾਨੂੰ ਦੱਸ ਦਿੰਨੇ ਆ ਪਤਾ ਸੋਨੂ ਵੀ ਆ ਸਾਰਾ ਕੁਛ ਤੇ ਬਾਹਲੀਆਂ ਗੱਲਾਂ 'ਚ ਕੋਈ ਫਾਇਦਾ ਨਹੀਂ ਹੁੰਦਾ ਸਿਆਣੀ ਗੱਲ ਆ ਜਿਹੜੀ ਉਹ ਕਰਨੀ ਆ ਜੇ ਤੁਹਾਨੂੰ ਉਹ ਗੱਲ ਸਮਝ ਨਹੀਂ ਆਈ ਠੀਕ ਆ ਜਿਹੜੀ ਗੱਲ ਤੁਸੀਂ ਜੋੜੀ ਆ ਸਾਡੇ ਗੁਰੂ ਜੋਤੀ ਜੋਤ ਸਮਾਏ ਨੇ ਤੇ ਉਹ ਇਨਸਾਨਾਂ ਵਾਂਗ ਹੀ ਪੈਦਾ ਹੋਏ ਨੇ ਸਾਡੇ ਗੁਰੂ ਆ ਸਾਨੂੰ ਗਿਆਨ ਦੇ ਕੇ ਗਏ ਨੇ ਵੱਖਰਾ ਜੂਧਣਾ ਵਾਸਤੇ ਗਏ ਨੇ ਸਾਨੂੰ ਲੜਨਾ ਦੱਸ ਕੇ ਗਏ ਨੇ ਸਾਨੂੰ ਖੜਨਾ ਦੱਸ ਕੇ ਗਏ ਨੇ ਸਾਨੂੰ ਸੱਚ ਤੇ ਚੱਲਣਾ ਰਸ ਕੇ ਗਏ ਨੇ ਸਾਨੂੰ ਸਾਨੂੰ ਬਖੰਡ ਨਹੀਂ ਦੱਸ ਕੇ ਗਏ ਸਾਡੇ ਸਾਨੂੰ ਗੁਰੂ ਸਾਨੂੰ ਸਾਡੇ ਗੁਰੂ ਦੱਸ ਕੇ ਗਏ ਨੇ ਜੇ ਜੰਗ ਦੇ ਵਿੱਚ ਸੀਧ ਹੋਣਾ ਤਾਂ ਆਪਦਿਆਂ ਨੂੰ ਵੀ ਕਰਾਉਣਾ ਪਊ ਜੰਗ ਦੇ ਵਿੱਚ ਸੀਧ ਜੋ ਭਾਈ ਅਮਰਤਪਾਲ ਸਿੰਘ ਖਾਲਸਾ ਜੀ ਠੋਕ ਕੇ ਗੱਲ ਕਰ ਰਹੇ ਨੇ ਵੀ ਅਸੀਂ ਜੇ ਸੀਧੀਆਂ ਪਾਉਣੀਆਂ ਹੋਈਆਂ ਤਾਂ ਪਾਵਾਂਗੇ ਆ ਤੁਹਾਡੇ ਕੋਲ ਬਖੰਡ ਨਹੀਂ ਕੀਤਾ ਸੀ ਵੀ ਅਸੀਂ ਆਏ ਅਸੀਂ ਕਹਿੰਦੇ ਸਾਡੇ ਗੁਰੂ ਜੀ ਜਿਉਂਦੇ ਹੋਗੇ ਨਾ ਨਾ ਸਾਡਾ ਕੋਈ ਗੁਰੂ ਇਸ ਪਾਸੇ ਨੂੰ ਨਹੀਂ ਆਇਆ ਨਾ ਹੀ ਸਾਡੇ ਗੁਰੂ ਨੇ ਸਾਨੂੰ ਇਹ ਜਿਆ ਕੁਝ ਸਿਖਾਇਆ ਵਾ ਸਾਡੇ ਦਸੇ ਦੇ ਦਸੇ ਪਾਸਾ ਜਿਉਂਤੀ ਜੋਤ ਸਮਾਏ ਨੇ ਅਸੀਂ ਇਸ ਨੂੰ ਸਤਿਕਾਰ ਵੀ ਕਰਦੇ ਹਾਂ ਤੇ ਇਹ ਸਚਾਈ ਵੀ ਹੈ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਸਾਡੇ ਗਿਆਨ ਆ ਸਾਡਾ ਸਾਡੇ ਗੁਰੂ ਨੇ ਉਹ ਸਾਡੇ 11ਵੇਂ ਗੁਰੂ ਨੇ ਉਹਦੇ ਵਿੱਚੋਂ ਗਿਆਨ ਲੈ ਕੇ ਸਿੱਖ ਸਿੱਖ ਕੀ Hindu Muslim Isai ਵੀ ਅੱਗੇ ਨੂੰ ਆਉਂਦਾ ਕੋਈ ਝੂਠ ਨਹੀਂ ਇਸਾਈ ਵੀ ਬਹੁਤ ਪੜਦੇ ਨੇ ਹਿੰਦੂ ਵੀ ਪੜਦੇ ਨੇ ਮੁਸਲਮਾਨ ਵੀ ਪੜਦੇ ਨੇ ਅਸੀਂ ਤੁਹਾਡੀ ਬਾਈਬਲ ਤੇ ਕੋਈ ਟਿੱਕਾ ਟਿੱਪਣੀ ਨਹੀਂ ਕਰਦੇ ਪਰ ਜਿਹੜੀਆਂ ਤੁਸੀਂ ਆ ਗੱਲਾਂ ਕਰਦੇ ਹੋ ਬਿਲਕੁਲ ਗਲਤ ਨੇ ਤੇ ਇਸ ਕਰਕੇ ਕੇਸ ਬਣਦਾ ਜਿਹੜਾ ਬਣਾ ਲਓ ਐਵੇਂ ਰਸਤੇ ਰੋਕ ਕੇ ਆ ਬਿਆਨ ਬਾਜ਼ੀਆਂ ਜਿਹੜੇ ਚੱਪੇ ਚੜੇ ਜਿਹੜੇ ਆਪਦੇ ਆਪ ਨੂੰ ਪਤਾ ਨਹੀਂ ਕੀ ਕਹਾਉਂਦੇ ਨੇ ਜਿਨ੍ਹਾਂ ਦੀ ਘਰੇ ਨਹੀਂ ਚੱਲਦੀ ਹਣੀ ਮੈਂ ਗੁਰਪਿੰਦਰ ਸਿੰਘ ਖਾਲਸਾ ਘਟ ਤੋਂ ਘਟ 10 12 ਤੁਹਾਡੇ ਆਪਦੇ ਆਪ ਨੂੰ 크੍ਰਿਸਚਨ ਕਰਾਉਣ ਵਾਲਿਆਂ ਦਾ ਇਲਾਜ ਕਰਵਾਏ ਨੇ ਜਦ ਬਾਗੇ ਪਰਾਨੇ ਜਾ ਕੇ ਪੁੱਛ ਲਿਓ ਤੁਸੀਂ ਲੋਕਾਂ ਨੂੰ ਕਹਿੰਦੇ ਹੋ ਨਾ ਵੀ ਅਸੀਂ ਜਵਰੀ ਨਹੀਂ ਆਏ ਨਹੀਂ ਕਰਦੇ ਉਹ ਨਹੀਂ ਕਰਦੇ ਬਾਗੇ ਪਰਾਨੇ ਇੱਕ ਬੀਬੀ ਨੂੰ ਜਾ ਕੇ ਪੁੱਛ ਲਿਓ ਦੋ ਬੱਚਿਆਂ ਦਾ ਸਕੇ ਦੋ ਭੈਣ ਭਰਾ ਬੱਚਿਆਂ ਦਾ ਲਾਜ ਵੀ ਕਰਾਇਆ ਸੀ ਕਿ ਭਾਈ ਜੀ ਨੂੰ ਮੰਨਣਾ ਮੰਨੀ ਚੱਲ ਸੰਤਾਂ ਤਾਂ ਬੱਚਿਆਂ ਤੇ ਤਰਸ ਆਇਆ ਸੀ ਤੇਰੇ ਬੱਚਿਆਂ ਦਾ ਲਾਜ ਕਰਾਤਾ ਠੀਕ ਆ ਗੁਰੂ ਦਾ ਖਾਲਸਾ ਗੁਰੂ ਦਾ ਸਿੱਖ ਗੁਰੂ ਦਾ ਸਿੰਘ ਕਦੇ ਕਿਸੇ ਨਾਲ ਬਿਤਕਰਾ ਨਹੀਂ ਕਰਦਾ ਗੱਲ ਨੂੰ ਸਮਝਿਆ ਕਰੋ ਸਮਝਣ ਦੀ ਲੋੜ ਆ ਐਵੇਂ ਫੋਟਬੁੱਲੀਆਂ ਜੀਆਂ ਮਾਰ ਕੇ ਕਹਿੰਦੇ ਤੁਸੀਂ ਨੂੰ ਇੱਥੇ ਰਹਿਣਾ ਤੇ ਅਸੀਂ ਵੀ ਇੱਥੇ ਰਹਿਣਾ ਵਾ ਤੇ ਇਹ ਨਾ ਹੋਵੇ ਵੀ ਕੱਲ ਨੂੰ ਕਿਸੇ ਤਰ੍ਹਾਂ ਦੀ ਕੋਈ ਦਿੱਕਤ ਆਵੇ ਇੰਨੀਆਂ ਕ ਬੇਨਤੀਆਂ ਮਰਵਾਣ ਕਰ ਲਿਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਕੋਈ ਵੀ ਪਿੰਡ ਦੇ ਵਿੱਚ ਕੋਈ ਪੋਸਟਰ ਸੱਟਦਾ ਫੜ ਲਿਆ ਚਾਹੇ ਬੁੜੀ ਆ ਚਾਹੇ ਕੁੜੀ ਆ ਚਾਹੇ ਕੋਈ ਬੰਦਾ ਮੂੰਹ ਕਾਲਾ ਕਰੇ ਉਹ ਸਿੱਧੀ ਜੀ ਗੱਲ ਐ ਪੋਸਟਰ ਮੈਂ ਬੇਨਤੀ ਹੀ ਕਰਨੀ ਚਾਹਨਾ ਤੁਸੀਂ ਕਹਿੰਦੇ ਨਾ ਅਸੀਂ ਜ਼ਬਰਦਸਤੀ ਦਾ ਕੁਝ ਕਰਦੇ ਹੀ ਨਹੀਂ ਆ ਪਤਾ ਤੁਹਾਨੂੰ ਕਿੰਨੀਆਂ ਪੋਸਟਰ ਆਈਆਂ ਨੇ ਕਿੰਨੀਆਂ ਪੋਸਟਰਾਂ ਪਹਿਲਾਂ ਪਈਆਂ ਸੀ ਕੀ ਕੁਝ ਤੁਸੀਂ ਪਿੰਡਾਂ 'ਚ ਜਾ ਕੇ ਕਰਦੇ ਹੋ ਲੋਕਾਂ ਦੇ ਘਰਾਂ ਦੇ ਵਿੱਚ ਚੋਰੀ ਤੁਸੀਂ ਪੋਸਟਰ ਸੱਟਦੇ ਹੋ ਛੱਡਦੇ ਹੋ ਨਾ ਉਹ ਤਾਂ ਲੱਖ ਦੀ ਲਾਂਹ ਤਾਂ ਉਹਨਾਂ ਲੋਕਾਂ ਦੀ ਜਿਹੜੇ ਸਿੱਖਾਂ ਦੇ ਘਰਾਂ ਦੇ ਵਿੱਚ ਜੰਮ ਕੇ ਸਿੱਖਾਂ ਦੇ ਘਰਾਂ ਦੇ ਵਿੱਚ ਜੰਮ ਕੇ ਉਹ ਇਧਰਲੇ ਪਾਸੇ ਨੂੰ ਇਹ ਤਾਂ ਕਲੰਕ ਨੇ ਕਲੰਕ